ਵਿੱਚ ਆਪਣੀ ਕਲਮ ਨਾਲ ਬੜੀ ਵੱਡੀ ਜਗ੍ਹਾ ਬਣਾ ਲਈ ਹੈ। ਉਹਨਾਂ ਨੇ 10 ਮੇਜਰ ਪਲੇਸ, 35 ਕਹਾਣੀ, 60 ਕਹਾਣੀਆਂ, ਇੱਕ ਨਾਵਲ ਤੇ ਰੇਖਾ ਚਿੱਤਰ ਦੇ ਸੰਤੇ ਸਵੈ ਜੀਵਨੀ ਦੀ ਕਿਤਾਬਾਂ ਤੋਂ ਇਲਾਵਾ ਅਨੇਕਾਂ ਹੀ ਲੇਖਾਂ ਦੇ ਰਾਹੀਂ ਪੰਜਾਬੀ ਮਾਂ ਦੇ ਫੜੀ ਨੂੰ ਆਪਣੀ ਲੇਖਣੀ ਦੇ ਮੁੱਲ ਖਜ਼ਾਨੇ ਦਾ ਭਰਪੂਰ ਕੀਤਾ ਹੈ। ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਗੁਰਨਾਥ ਜੀ ਸਾਡੇ ਸਟੂਡੀਓ 'ਚ ਆਏ ਨੇ। ਕਰਕੀ ਸਾਹਿਬ ਅੱਜ ਦੇ ਪ੍ਰੋਗਰਾਮ 'ਚ ਆਉਣ ਲਈ ਮਿਹਰਬਾਨੀ। ਕਰਕੀ ਸਾਹਿਬ ਨਾਲ ਇੰਟਰਵਿਊ ਲਈ ਸਾਡਾ ਸਾਥ ਦੇਣਗੇ ਜਿਹੜੇ ਕਿ ਸਾਡੇ ਸ਼ਹਿਰ ਦੇ ਬੜੇ ਪ੍ਰਸਿੱਧ ਲੇਖਕ ਹਨ। ਕਰਕੀ ਸਾਹਿਬ, ਆਮ ਤੌਰ 'ਤੇ ਇੱਕ ਸਵਾਲ ਬਣ ਚੁੱਕਦਾ ਹੈ ਕਿ ਜਦ ਵੀ ਕੋਈ ਵੀ ਲੇਖਕ ਹੈ ਜਾਂ ਗਾਣਾ ਹੈ ਕਿਸੇ ਕਿਸਮ ਦੀ ਕਲਾ ਦਾ ਰਹਿੰਦਾ ਹੈ, ਉਸ ਦਿਨ ਨਹੀਂ ਕਿ ਕਵੀ ਦਾ ਕੁੱਤ ਕਵੀ ਹੋਵੇ, ਪਰ ਮੇਰੇ ਹਿਸਾਬ 'ਚ ਹਮੇਸ਼ਾ ਰਿਹਾ ਕੋਈ ਹੋਇਆ, ਹਮੇਸ਼ਾ ਹੀ ਇਹੋ ਜਿਹਾ ਕਲਾਕਾਰਾਂ ਦਾ ਜਿਹੜੇ ਹੈ ਜਾਂ ਵਾਤਾਵਰਨ ਹੁੰਦਾ ਜਿਹੜਾ ਕਿ ਕਲਾਕਾਰਾਂ ਨੂੰ, ਲੇਖਕਾਂ ਨੂੰ, ਗਾਉਣ ਨੂੰ ਪੈਦਾ ਕਰਦਾ। ਮੇਰੇ ਕੇਸ ਵਿੱਚ ਕੋਈ ਵਾਤਾਵਰਨ ਨਹੀਂ ਸੀ। ਮਾਂ ਅਲਪਨ ਰੇਤਾ ਪਿੰਡ ਦਾ ਕਿਤਾਬ ਦਰਜ ਹੋਈ ਹੈ। ਅਖਬਾਰ ਪਹਿਲੀ ਵਾਰ ਪਤਾ ਲੱਗਿਆ ਕਿ ਕੋਈ ਚੀਜ਼ ਛਪਦੀ ਹੈ, ਜਦੋਂ ਮੈਂ 12 ਸਾਲ ਦਾ ਸੀ, 15 ਸਾਲ ਪਹਿਲੀ ਵਾਰ ਲਾਈਫ ਦੇਖੀ। ਸੋ ਇਹ ਰਵਾਇਤੀ ਜਾਂ ਖਿਆਲ ਕਿ ਪਿੱਛੇ ਬੜਾ ਭਾਰੀ ਬੈਕਿੰਗ ਹੁੰਦੀ ਹੈ, ਕਈ ਵਾਰ ਹਰ ਵਾਰ ਨਹੀਂ ਹੁੰਦੀ, ਹੋਵੇ ਚੰਗੀ ਗੱਲ ਹੈ, ਨਾ ਹੋਵੇ ਤਾਂ ਵੀ ਚੰਗੀ ਗੱਲ ਹੈ। ਬਸ ਮੇਰੇ ਦੋਸਤ ਸਾਥ ਅਸੀਂ ਮੰਤੂ, ਕੋਈ ਬੈਕਗਰਾਊਂਡ 'ਚ ਬੈਕਗਰਾਊਂਡ ਕੋਈ ਜੀਨੀਅਸ ਸ਼ਿਵ ਕੁਮਾਰ ਬਟਾਲਵੀ ਜੀ ਕੀ ਬੈਕਗਰਾਊਂਡ 'ਚ ਜੀ ਕੁਛ ਨਹੀਂ, ਉਸ ਲਿਹਾਜ਼ ਨਾਲ ਮੇਰੀ ਕੋਈ ਬੈਕਗਰਾਊਂਡ ਇਸ ਕਿਸਮ ਦੀ ਨਹੀਂ ਸੀ ਕਿ ਅਦਬੀ ਬੈਕਗਰਾਊਂਡ ਹੋਵੇ ਜੀ। ਪਰ ਮੇਰੇ ਕਹਿਣ ਦਾ ਭਾਵ ਸੀ ਕਿ ਜੇ ਉਹਦੇ ਬਾਅਦ ਵਿੱਚ ਤੁਹਾਡਾ ਕਾਲਜ ਦਾ ਜੀਵਨ ਜਾਂ ਸਕੂਲ ਦਾ ਜੀਵਨ ਇਹੋ ਜਿਹਾ ਸੀ ਜਿੱਥੇ ਤੁਹਾਨੂੰ ਕੋਈ ਜਿਹਾ ਵਾਤਾਵਰਨ ਮਿਲਿਆ ਹੋਵੇ, ਜਿੱਥੇ ਅਧਿਆਪਕ ਜਾਂ ਪ੍ਰੋਫੈਸਰ ਮਿਲੇ ਹੋਣ ਜਿਨ੍ਹਾਂ ਨੇ ਤੁਹਾਨੂੰ ਇਸ ਪਾਸੇ ਵੱਲ ਪ੍ਰੇਰਿਆ ਹੋਵੇ ਜਾਂ ਤੁਹਾਨੂੰ ਲਸ਼ੇਰੀ ਦਿੱਤੀ ਹੋਵੇ? ਪ੍ਰੋਫੈਸਰਾਂ ਨੇ ਤਾਂ ਬਹੁਤ ਕੀਤਾ ਬਹੁਤ। ਮੈਂ ਸਮਝਦਾ ਮੇਰੀ ਜਿਹੜੀ ਪਹਿਲੀ ਮਹਿਬੂਬਾ ਸੀ ਜਾਂ ਮੈਨੂੰ ਇਸ਼ਟ ਸੀ ਗਾਉਣੇ ਨਾਲ, ਸੰਗੀਤ ਨਾਲ, ਮਿਊਜ਼ਿਕ ਨਾਲ, ਮਿਊਜ਼ਿਕ ਵਾਸਤੇ ਬੜਾ ਪੈਸ਼ਨ ਸੀ। ਮਿਊਜ਼ਿਕ ਦੀ ਟ੍ਰੇਨਿੰਗ ਸੀ ਗੋਈਏ ਆਉਂਦੇ ਮੰਦਰ ਵਿੱਚ, ਕਿਉਂਕਿ ਮੈਂ ਚੰਡੀਲਾਲ ਸੀ ਮਾਸਟਰ ਉਹਦੇ ਕੋਠੜੀ ਸੁਰਫਾ ਪੀਂਦੇ ਲੋਕ ਅਤੇ ਤਾਸ਼ ਖੇਡਦੇ ਅਤੇ ਪੱਕਾ ਲਾ ਦਿੰਦੇ ਵਾਸੀਆਂ ਨੂੰ। ਫਸਲ ਵਰਾਸੀ ਮੇਰਾ ਬੜਾ ਯਾਰ ਸੀ, ਮਨਸੀ ਵਾਰੀ ਵਰਾਸੀ। ਇਸ ਮਾਹੌਲ ਦੇ ਵਿੱਚ ਇੱਕ ਮਿਊਜ਼ੀਕਲ ਬੈਕਗਰਾਊਂਡ ਖੁਦ ਬਖੁਦ ਕਿਤੇ ਪੈਦਾ ਹੋ ਗਈ, ਪਰ ਲਿਟਰੀ ਬੈਕਗਰਾਊਂਡ ਕੋਈ ਨਹੀਂ ਸੀ। ਸੋ ਜਦੋਂ ਮੈਂ ਲੇਕਿਨ ਮਾਂ ਬੜੀ ਖਿਲਾਫ ਮਿਊਜ਼ਿਕ ਦੇ ਜੀ ਜੀ, ਔਰ ਬੜੀ ਦਾਦੀ ਕੁੱਟਣ ਵਾਲੀ ਕਿ ਤੇਰਾ ਗੱਲ ਘੁੱਟ ਦੂੰਗੀ ਜੇ ਤੇਰਾ ਸੰਘ ਚੋਂ ਕੋਈ ਸਿਰ ਨਿਕਲਿਆ। ਸੋ 14 ਸਾਲ ਦੀ ਉਮਰ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੈਂ ਵੱਡਾ ਮਿਊਜ਼ੀਸ਼ੀਅਨ ਨਹੀਂ ਬਣ ਸਕਦਾ, ਕਿਉਂਕਿ ਮੇਰੇ ਮਨ 'ਚ ਸੀ ਕਿ ਮਿਊਜ਼ੀਸ਼ੀਅਨ ਜੇ ਬਣਨਾ ਤਾਂ ਟੌਪ ਦਾ ਆਲ ਇੰਡੀਆ ਲੈਵਲ ਦਾ ਮਿਊਜ਼ੀਸ਼ੀਅਨ ਸਿੰਗਰ ਹੋਣਾ ਚਾਹੀਦਾ, ਮੈਂ ਕਲਮ ਬਣ ਸਕਦਾ ਇਹ ਖਿਆਲ ਸੀ ਮੈਨੂੰ। ਇਹ ਅਹਿਸਾਸ 12 ਸਾਲ ਦੀ ਉਮਰ ਵਿੱਚ ਸੀ। ਜਦੋਂ 15 ਸਾਲ ਦੇ ਹੋ ਗਏ ਤਾਂ ਲੱਗਿਆ ਕਿ ਮਿਊਜ਼ੀਸ਼ੀਅਨ ਮੈਂ ਵੱਡਾ ਨਹੀਂ ਬਣ ਸਕਦਾ, ਕਿਉਂਕਿ ਮਿਊਜ਼ਿਕ ਤੁਸੀਂ ਰਿਆਜ਼ ਦੇ ਨਾਲ, ਗਰੋਥ ਦੇ ਨਾਲ, ਜੇ ਤੁਸੀਂ ਕੋਈ ਤੋੜ ਦੇਵੇ ਤੁਸੀਂ ਫਿਰ ਨਹੀਂ ਅੱਗੇ ਚੜ੍ਹ ਸਕਦੇ। 16-17 ਸਾਲ ਦੀ ਉਮਰ ਦੇ ਪਿੱਛੋਂ ਸੋਚਿਆ ਵੀ ਕੁਝ ਹੀ ਕਰ ਲਓ, ਪੇਂਟਿੰਗ ਕਰ ਲੈਂਦਾ ਮੈਂ, ਕੋਈ ਕੁਛ ਹੀ ਕਰ ਲੈਂਦਾ। ਯਾਨੀ ਇੱਕ ਕ੍ਰੀਏਟਿਵ ਇਨਸਟਿੰਕਟ ਤੁਹਾਡੇ ਅੰਦਰ ਜ਼ਰੂਰ ਸੀ, ਕਦੀ ਮਿਊਜ਼ਿਕ ਦੇ ਰਾਹੀਂ ਕਦੀ ਕਿਸੇ ਚੀਜ਼ ਦੇ ਬਾਹਰ ਆਉਣਾ ਚਾਹੁੰਦੇ ਸੀ? ਹਾਂ, ਮਿਊਜ਼ਿਕ ਪਹਿਲਾ ਸੀ, ਪਰ ਜਿਸ ਤਰ੍ਹਾਂ ਕਿ ਕੋਈ ਮਹਿਬੂਬ ਦੇ ਨਾਲ ਤੁਸੀਂ ਵਿਆਹ ਨਾ ਹੋਵੇ ਤਾਂ ਫਿਰ ਕੋਈ ਪੂਰੀ ਚੀਜ਼ ਹੈ, ਤੇ ਮੈਂ ਚਲੋ ਲਿਟਰੇਚਰ ਹੀ ਠੀਕ ਹੈ, ਇਸ ਤਰ੍ਹਾਂ ਲਿਟਰੇਚਰ ਬਣਾ ਕੇ। ਤੁਸੀਂ ਜਿਹੜੀ ਪਹਿਲੀ ਲਿਖਣੀ ਲਿਖੀ ਹੈ ਜਿਹੜੀ ਪਬਲਿਸ਼ ਹੋਈ ਹੈ, ਉਹ ਕਦੋਂ ਤੇ ਕਿਹੜੀ ਲਿਖਤ ਸੀ? ਪਹਿਲੀ ਉਰਦੂ ਚ ਲਿਖਦਾ ਰਿਹਾ ਪਹਿਲੇ ਮੈਂ ਜੀ, ਪਰ ਪੰਜਾਬੀ ਵਿੱਚ ਪਹਿਲਾ ਮੇਰਾ ਨਾਵਲ ਸੀ ਕੱਕਾ ਰੇਤਾ। ਸਭ ਤੋਂ ਪਹਿਲਾਂ ਤੁਸੀਂ ਉਹ ਲਿਖਿਆ? ਹਾਂ, ਆਪਣੇ ਬਾਰੇ, ਆਪਣੀ ਜ਼ਿੰਦਗੀ ਬਾਰੇ, ਆਪਣੇ ਪਿੰਡ ਬਾਰੇ ਲਿਖਿਆ, ਛੋਟਾ ਜਿਹਾ। ਕਿਸ ਉਮਰ ਦੇ ਵਿੱਚ ਤੁਸੀਂ ਲਿਖਿਆ? ਕੋਈ ਹੋਏਗੀ 23 ਸਾਲ ਦੀ ਉਮਰ। ਤੁਸੀਂ ਯੂਨੀਵਰਸਿਟੀ ਤੋਂ ਆਪਣੇ ਮਾਸਟਰ ਡਿਗਰੀ ਬਸ ਆਪ ਪੜ੍ਹ ਕੇ ਨਿਕਲੇ ਸੀ। ਉਸ ਪਿੱਛੋਂ 1944 ਵਿੱਚ ਮੇਰਾ ਡਰਾਮਾ ਸੀ ਲੋਹਾਕੁੱਟ। ਜੀ ਜੀ, ਮੈਂ ਆਲ ਇੰਡੀਆ ਰੇਡੀਓ ਵਿੱਚ ਕੰਮ ਕਰਦਾ ਸੀ ਲਾਹੌਰ ਜੀ, ਉੱਥੇ ਡਰਾਮਾ ਲਿਖਿਆ ਜੀ ਲੋਹਾਕੁੱਟ। ਤੇ ਕਿਉਂਕਿ ਲਾਹੌਰ ਦੀ ਅਦਬੀ ਫਿਜ਼ਾ ਐਸੀ ਸੀ ਕਿ ਤੁਸੀਂ ਹਜ਼ਾਰਾਂ ਅਸਰਾਤ ਤੁਹਾਡੇ ਤੇ ਸਨ, ਇਹ ਪਤਾ ਹੈ। ਮੈਂ ਜਦੋਂ ਪੜ੍ਹਦਾ ਸੀ ਉੱਥੇ ਕਾਲਜ ਵਿੱਚ, ਇਹ ਅਖਬਾਰ ਸਰ ਮੁਹੰਮਦ ਅਖਬਾਰ ਜੋ ਅਸੀਂ ਪੜ੍ਹਦੇ ਕਿਤਾਬਾਂ ਵਿੱਚ, ਉਹ ਨਿਸਬਤ ਰੋਡ ਤੇ ਫਲਾਂ ਜਗ੍ਹਾ ਕੋਠੀ ਰਹਿੰਦੇ, ਫੈਜ਼
ਅਸੀਸ ਕ੍ਰਿਸ਼ਨ ਚੰਦਰ ਉਹਦੇ ਬਾਅਦ ਮੰਟੋ ਕੋਈ ਲਿਮਿਟ ਨਹੀਂ ਸੀ ਤਾਜ ਸਾਹਿਬ ਰਫੀ ਅਹਿਮਦ ਪੀਰ ਇਹ ਸਾਰਾ ਮਾਹੌਲ ਇਹੋ ਜਿਹਾ ਸੀ ਜਿਸ ਨਾਲ ਕਿ ਅਦਬੀ ਜ਼ਰੂਰਤ ਜਾਂ ਚਾਸ਼ਨੀ ਜਾਂ ਇੱਕ ਲਜ਼ਤ ਮਹਿਸੂਸ ਹੋਈ ਲੋਹਾਰ ਹਮੇਸ਼ਾ ਹੀ ਕਲਾ ਦਾ ਇੱਕ ਬੜਾ ਮਹਾਨ ਕੇਂਦਰ ਰਿਹਾ ਵੰਡ ਤੋਂ ਬਾਅਦ ਵੀ ਮੇਰਾ ਖਿਆਲ ਇਸ ਪੰਜਾਬ ਚ ਅੱਜ ਤੱਕ ਕੋਈ ਇਹੋ ਜਿਹੀ ਜਗ੍ਹਾ ਨਹੀਂ ਬਣ ਸਕੀ ਜੋ ਜੀ ਲਾਹੌਰ 47 ਤੋਂ ਪਹਿਲਾਂ ਸੀ ਉਹ ਇਸ ਤਰ੍ਹਾਂ ਹੈ ਕਿ ਲਾਹੌਰ ਸ਼ਹਿਰ ਤੁਸੀਂ ਕਹਿੰਦੇ ਹੈ ਸ਼ਹਿਰ ਆਬਾਦੀ ਨਾਲ ਨਹੀਂ ਬਣਦੇ ਤੁਸੀਂ ਲੁਧਿਆਣੇ ਦੀ ਆਬਾਦੀ 10 ਲੱਖ ਹੋਏਗੀ ਉਹ ਸ਼ਹਿਰ ਨਹੀਂ ਲਾਹੌਰ ਦੀ ਆਬਾਦੀ ਸੀ 3 ਲੱਖ ਸ਼ਹਿਰ ਸੀ ਮਤਲਬ ਮਿਜ਼ਾਜ ਮੇਰਾ ਖਿਆਲ ਹੈ ਮਿਜ਼ਾਜ ਉਹਦਾ ਟੈਂਪਰਾਮੈਂਟ ਟੈਂਪਰੇਚਰ ਉਹਦੀ ਉਹ ਲਾਹੌਰ 100 ਤੋਂ ਜ਼ਿਆਦਾ ਆਦਮੀ ਮੈਗਜ਼ੀਨ ਸਨ ਮਹਾਵਾਰ ਮੈਗਜ਼ੀਨ ਤੋਂ ਉਸ ਫਿਜ਼ਾ ਦੇ ਵਿੱਚ ਪਰਵਰਿਸ਼ ਹੋਈ ਅਤੇ ਮੈਂ ਲੋਹਾਕੋਟ ਪਲੇ ਲਿਖਿਆ 1944 ਵਿੱਚ ਉਹਦੇ ਵਿੱਚ ਥੀਮ ਇਹ ਸੀ ਕਿ ਇੱਕ ਨੌਜਵਾਨ ਕੁੜੀ ਜਵਾਨ ਬਾਗੀ ਹੁੰਦੀ ਹੈ ਘਰ ਤੋਂ ਮਾਂ ਤੋਂ ਅਤੇ ਪਿਓ ਤੋਂ ਖੁਦ ਲੁਹਾਰਾ ਦਾ ਕੰਮ ਕਰਦੇ ਲੁਹਾਰ ਹੈ ਸਖ਼ਤ ਮਿਜ਼ਾਜ ਮਾਂ ਬੜੀ ਸਖ਼ਤ ਮਿਜ਼ਾਜ ਬਹੁਤ ਪਿਓਰ ਲੋਇਲ ਹਸਬੈਂਡ ਦੇ ਨਾਲ ਅਤੇ ਜਦੋਂ ਧੀ ਬਾਗੀ ਹੁੰਦੀ ਹੈ ਔਰ ਆਪਣੇ ਦੋਸਤ ਨਾਲ ਯਾਰ ਨਾਲ ਜਾਂਦੀ ਹੈ ਨਿਕਲ ਕੇ ਤਾਂ ਸਾਰਾ ਪਿੰਡ ਵੈਰੀ ਹੋ ਜਾਂਦਾ ਹੈ ਝਗੜਾ ਹੁੰਦਾ ਔਰ ਮਾਂ ਕਹਿੰਦੀ ਹੈ ਇਸਨੂੰ ਉੱਥੋਂ ਫੜ ਕੇ ਲਿਆ ਪੀਸ ਕੇ ਅਤੇ ਇਸ ਹਰਾਮ ਨੂੰ ਇਸ ਮੈਂ ਨੂੰ ਮੈਂ ਵਿਹੜੇ 'ਚ ਕੱਢਾਂਗੀ ਹੈ ਅਤੇ ਪਿਓ ਜਾਂਦਾ ਹੈ ਆਪਣਾ ਲੈ ਕੇ ਛਵੀ ਉਹਦੇ ਮਗਰ ਉਸ ਪਿੱਛੋਂ ਹੌਲੀ ਹੌਲੀ ਡਰਾਮੇ ਵਿੱਚ ਜਿਹੜੀ ਇਹ ਮਾਂ ਹੈ ਇਹ ਬਦਲਦੀ ਹੈ ਹੌਲੀ ਹੌਲੀ ਔਰ ਇਹ ਲੱਗਦਾ ਹੈ ਕੁਛ ਵੀ ਨਹੀਂ ਹੋਇਆ ਕੁੜੀ ਨਿਕਲ ਗਈ ਉਸ ਨੂੰ ਨਹੀਂ ਵਰ ਰਹੇ ਵਿਆਹ ਹੋ ਰਹੇ ਲੋਕ ਉਸ 'ਤੇ ਬੈਠੇ ਹੋਏ ਤੁਰੀ ਲਾਈਕ ਤੁਰੀ ਜਾਂਦੀ ਹੈ ਕਿਆਮਤ ਯਾਨੀ ਨਹੀਂ ਆਏ ਵੈਸੇ ਕਈ ਲੋਕਾਂ ਦੀ ਪ੍ਰੈਜੈਂਸ ਹੀ ਕਿਆਮਤ ਹੁੰਦੀ ਹੈ ਉਸ ਪਿੱਛੋਂ ਇਹ ਔਰਤ ਜਿਹੜੀ ਹੈ ਜਿਹਦੇ ਜਜ਼ਬੇ ਦੱਬੇ ਹੋਏ ਸਨ ਲੋਹਾਰ ਦੀ ਪੱਠੀ ਵਿੱਚ ਸੜ ਗਏ ਸਨ ਸੁਆਹ ਹੋ ਗਏ ਸਨ ਇਹ ਬੇਦਾਰ ਹੁੰਦੀ ਹੈ ਜਾਗਦੀ ਹੈ ਜਜ਼ਬਾਤੀ ਤੌਰ ਦੇ ਉੱਪਰ ਔਰ ਅਖੀਰ ਵਿੱਚ ਇਹਨੂੰ ਅਹਿਸਾਸ ਹੁੰਦਾ ਹੈ ਕਿ ਇਹਨੇ ਆਪਣੇ ਹਸਬੈਂਡ ਨੂੰ ਕਦੇ ਪਿਆਰ ਨਹੀਂ ਕੀਤਾ ਕਦੇ ਪਿਆਰ ਨਹੀਂ ਕੀਤਾ ਔਰ ਇਹ ਖਾਲੀ ਜ਼ਿੰਦਗੀ ਸੁਨਸਾਨ ਜ਼ਿੰਦਗੀ ਵਿੱਚ ਫਿਰ ਇਹ ਅਖੀਰ ਵਿੱਚ ਘਰ ਤੋੜ ਕੇ ਹਸਬੈਂਡ ਨੂੰ ਚੈਰੀ ਕਰਕੇ ਆਪਣੇ ਉਸ ਮਹਿਬੂਬ ਨਾਲ ਜਾਂਦੀ ਹੈ ਬਚਪਨ ਦਾ ਸੀ ਘਰ ਛੱਡ ਕੇ ਲੇਕਿਨ ਇਸ ਵਿੱਚ ਇਹ ਗੱਲ ਸੀ ਕਿ ਜਿਹੜੀ ਇਹ ਜਿਹੜੀ ਜਜ਼ਬੇ ਦੀ ਸ਼ੁਆ ਹੈ ਹੈ ਜਾਂ ਜਿਹੜੀ ਇਹ ਕਿਰਨ ਹੈ ਇਹ ਧੀ ਤੋਂ ਮਾਂ ਵੱਲ ਆਉਂਦੀ ਹੈ ਮਾਫ਼ ਕਰਾਂਗੇ ਮਰਦ ਹੁੰਦਿਆਂ ਹੋਇਆ ਤੁਸੀਂ ਔਰਤ ਦੇ ਜਜ਼ਬਾਤਾਂ ਦੇ ਨੇੜਿਓਂ ਕਿਸ ਤਰ੍ਹਾਂ ਮਹਿਸੂਸ ਕਰ ਸਕੇ ਇਹ ਜਿਹੜਾ ਤਖਲੀਕੀ ਅਮਲ ਹੈ ਨਾ ਇਹ ਬੜਾ ਪੁੱਠਾ ਅਮਲ ਹੈ ਮੇਰਾ ਖਿਆਲ ਹੈ ਤਖਲੀਕ ਦੇ ਇਸ ਅਮਲ ਦੇ ਵਿੱਚ ਇਹ ਜਜ਼ਬੇ ਦੀ ਗੱਲ ਤੁਸੀਂ ਕਰ ਰਹੇ ਸੀ ਨਾ ਜਜ਼ਬੇ ਦਾ ਕੋਈ ਜੈਂਡਰ ਨਹੀਂ ਹੁੰਦਾ ਜਜ਼ਬਾ ਤੁਸੀਂ ਜਜ਼ਬੇ ਦੀ ਸਪਿਰਿਟ ਦੀ ਕੋਈ ਜਿੰਸ ਨਹੀਂ ਹੁੰਦੀ ਤੁਸੀਂ ਕਮ ਅਜ਼ ਕਮ ਇਹ ਇਸ ਜ਼ਰੂਰੀ ਨਹੀਂ ਕਿ ਔਰਤ ਬਣ ਕੇ ਮਹਿਸੂਸ ਕਰੋ ਜੇ ਤੁਸੀਂ ਓਪਰੈਸ਼ਨ ਕਦੀ ਸਹਿ ਤੇ ਓਪਰੈਸਡ ਦਾ ਜਜ਼ਬਾ ਵੀ ਜੀ ਹਾਂ ਸਹੀ ਗੱਲ ਹੈ ਮੇਰੇ ਪਿੰਡ ਵਿੱਚ ਤੀਵੀਆਂ ਬਹੁਤ ਖੂਨੀ ਸਨ ਤਕੜੀਆਂ ਸਨ ਮੇਰੀ ਮਾਂ ਖੁਦ ਬੜੀ ਤਾਕਤਵਰ ਕਿਸਮ ਦੀ ਔਰਤ ਸੀ ਜਾਬਰ ਜ਼ਾਲਿਮ ਖਾਸ ਬਠਿੰਡੇ ਦੇ ਰਹਿਣ ਵਾਲੇ ਬਠਿੰਡੇ ਦੇ ਨੇੜੇ ਪਿੰਡ ਸੀ ਸਹਿਣਾ ਉੱਥੇ ਜੰਮਿਆ ਸੀ ਮੈਂ ਪਰ ਸਾਰਾ ਇਲਾਕਾ ਰੇਗਿਸਤਾਨ ਦਾ ਇਲਾਕਾ ਸੀ ਤੇ ਮੈਂ ਉੱਥੋਂ ਦਾ ਜੰਮਪਲ ਹਾਂ 47 ਦੀ ਵੰਡ ਤੋਂ ਬਾਅਦ ਤੁਸੀਂ ਮੇਰੇ ਖਿਆਲ ਦਿੱਲੀ ਆ ਕੇ ਸੈਟਲ ਹੋ ਗਏ 47 ਪਿੱਛੋਂ ਦਿੱਲੀ ਆ ਗਏ ਔਰ ਡਰਾਮੇ ਲਿਖਣੇ ਸ਼ੁਰੂ ਕਰਤੇ ਬਾਅਦ ਫਿਰ ਮੈਂ ਡਰਾਮੇ ਹੀ ਲਿਖੇ ਔਰ ਉਸ ਜ਼ਮਾਨੇ 'ਚ ਮੈਂ 1954 ਵਿੱਚ ਮੈਂ ਕਣਕ ਦੀ ਬੱਲੀ ਡਰਾਮਾ ਲਿਖਿਆ ਕਣਕ ਦੀ ਬੱਲੀ ਬਹੁਤ ਹੀ ਪ੍ਰੋਮੀਨੈਂਟ ਡਰਾਮਾ ਸੀ ਹਿੰਦੁਸਤਾਨ 'ਚ ਸਾਡੇ ਪੰਜਾਬ 'ਚ ਪਰਟੀਕੁਲਰਲੀ ਹਰ ਥਾਂ ਖੇਡਿਆ ਗਿਆ ਕਾਲਜਾਂ 'ਚ ਆਮ ਤੌਰ 'ਤੇ ਹੋਇਆ ਉਸ ਤੋਂ ਇਲਾਵਾ ਮੈਨੂੰ ਇਹ ਬੜੀ ਖੁਸ਼ੀ ਕਿ ਯੂਰਪ ਦੇ ਮੁਲਕਾਂ 'ਚ ਵੀ ਖੇਡਿਆ ਗਿਆ ਅਮਰੀਕਾ 'ਚ ਵੀ ਖੇਡਿਆ ਗਿਆ ਇਸ ਡਰਾਮੇ ਦੀ ਕੀ ਐਡੀ ਖਾਸੀਅਤ ਸੀ ਕੀ ਖੂਬਸੂਰਤੀ ਸੀ ਕਿ ਹਰ ਜਗ੍ਹਾ ਹਰ ਮੁਲਕ 'ਚ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਅਪਣਾਇਆ ਇਸ ਦਾ ਜਿਹੜੇ ਇਹਦੀ ਖੂਬਸੂਰਤੀ ਹੈ ਕਿ ਇਹਦੀ ਜਿਹੜਾ ਥੀਮ ਹੈ ਉਹਦੇ ਵਿੱਚ ਅਸੀਂ ਦਿਖਾਉਂਦੇ ਹਾਂ ਕਿ ਇੱਕ ਖੂਬਸੂਰਤ ਕੁੜੀ ਹੈ ਪਿੰਡ ਦੀ ਖੂਬਸੂਰਤ ਕੁੜੀ ਨੂੰ ਪਿਆਰ ਹੋ ਜਾਂਦਾ ਹੈ ਬਚਣਾ ਪਿੰਡ ਦਾ ਇੱਕ ਨੌਜਵਾਨ ਚੂੜੀਆਂ ਵੇਚਣ ਵਾਲਾ ਅਤੇ ਮੇਰਾ ਥੀਮ ਇਹ ਹੈ ਕਿ ਪਿੰਡ ਦੀ ਖੂਬਸੂਰਤ ਕੁੜੀ ਕਿਸ ਤਰ੍ਹਾਂ ਤਬਾਹ ਹੁੰਦੀ ਹੈ ਖੂਬਸੂਰਤੀ ਜਿਹੜੀ ਹੈ ਤਬਾਹੀ ਦਾ ਸ਼ਿਕਾਰ ਸਾਡੇ ਪਿੰਡਾਂ 'ਚ ਹੁੰਦੀ ਹੈ ਵੈਸੇ ਖੂਬਸੂਰਤੀ ਦੇ ਹਰ ਪਾਸੇ ਲੋਕ ਦੁਸ਼ਮਣ ਹੁੰਦੇ ਅਤੇ ਇਹ ਥੀਮ ਐਲੀਮੈਂਟਲ ਹੈ ਯੂਨੀਵਰਸਲ ਹੈ
टक्कर सारे समाज दी सारा पिंड वैरी हो गया है ना बोलियां भी सारे पिंड गोरा रंग ना किसी नु रब दे ओ फिर ए थी मेनू बड़ा चंगा लगया ते फिर एक बोली सी बलिए कनक दिए तनु खान के नसीबा वाले उने जी बली कनक दी है कोई पिंड दी कोई ए कोई ज्वार दी या कनक दी बली नहीं ते खूबसूरती दी निशानी है पता बली है हां जी हां बली खावेगी सो बली दा मतलब खूबसूरत कुड़ी शराबी चाचा फिर मामा मामा सो सारे करैक्टर बड़े दिलचस्प मेरा सवाल जो खूबसूरती जो बयान हमने की यूरोप खेडिया गया लंदन ਸੈਟਲ ਵੀ ਖੇਲਿਆ ਸਟੇਜਾਂ ਤੇ ਉਹਦੇ ਲੋਕਾਂ ਨੇ ਇਹਨਾਂ ਨੂੰ ਇਹਨਾਂ ਵਿਦੇਸ਼ਾਂ ਚ ਕਿਉਂਕਿ ਉਸ ਵਿੱਚ ਤਾਂ ਇਹਦੀ ਬੋਲੀ ਬਦਲੀ ਗਈ ਇਹਦਾ ਨਾਂ ਵੀ ਬਦਲਿਆ ਗਿਆ ਉਹਦੇ ਬਾਅਦ ਬਾਵਜੂਦ ਵੀ ਇਹਨਾਂ ਦੀ ਘਟਨਾਵਾਂ ਸ਼ਾਇਦ ਸਾਡੇ ਨਾਲ ਉਹਨਾਂ ਦੇ ਸੰਬੰਧ ਹੋਣ ਜਾਂ ਨਾ ਹੋਣ ਪਰ ਬੜਾ ਸਤਿਕਾਰ ਰਿਹਾ ਗਿਆ ਉਹਦੀ ਕੀ ਇਹਦੀ ਖੂਬਸੂਰਤੀ ਗੱਲ ਸੀ ਜਿਹੜੀ ਉਹਨਾਂ ਨੂੰ ਚੰਗੀ ਲੱਗੀ ਮੈਂ ਪਹਿਲਾਂ ਕਿਹਾ ਨਾ ਕਿ ਥੀਮ ਬੜਾ ਇਹਦੇ ਵਿੱਚ ਕਰੈਕਟਰ ਬੜੇ ਦਿਲਚਸਪ ਹੋਣਗੇ ਚੰਗੇ ਲੱਗੇ ਔਰ ਮੈਂ ਜੋ ਕੀਤਾ ਗ੍ਰਾਸਕੋ ਜਾਂ ਜ਼ਬਾਨ ਅੰਗਰੇਜ਼ੀ ਬਾਕੀ ਸਾਰਾ ਕੰਮ ਪੰਜਾਬੀ ਪੰਜਾਬੀ ਰਸਮਾਂ ਰਿਵਾਜ ਕੁਰਤੇ ਕਮੀਜ਼ਾਂ ਚਾਂਦਰਾਂ ਗਿੱਧੇ ਔਰ ਜਿੰਨੇ ਲੋਰੀਆਂ ਜੋ ਪੰਜਾਬੀ ਮਾਹੌਲ ਸਾਡਾ ਇੱਕ ਸਮੁੱਚਾ ਮਾਹੌਲ ਹੈ ਪੰਜਾਬੀ ਜਿਸ ਆਪਾਂ ਕਹਿੰਦੇ ਪੰਜਾਬੀ ਵਿੱਚ ਉਹ ਚੱਲਦੀ ਸੀ ਅਤੇ ਇਸ ਲਈ ਜਿਸ ਤਰ੍ਹਾਂ ਰੋਮੀਓ ਜੂਲੀਅਟ ਦਿੱਲੀ ਖੇਡੋ ਉੱਥੇ ਕਾਮਯਾਬ ਹੋਏਗਾ ਸ਼ੇਕਸਪੀਅਰ ਕਾਮਯਾਬ ਹੈ ਉੱਥੇ ਡਰਾਮਾ ਲਿਖਣਾ ਸ਼ੁਰੂ ਕੀਤਾ ਤੇ ਉਸ ਵੇਲੇ ਤੱਕ ਪੰਜਾਬੀ ਡਰਾਮੇ ਦੀ ਰਿਵਾਇਤ ਕੀ ਸੀ ਉਹ ਮਤਲਬ ਕੀ ਤੁਹਾਡੇ ਤੁਹਾਨੂੰ ਕੀ ਦਿੱਤਾ ਰਿਵਾਇਤ ਨੇ ਤੁਸੀਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ ਮਤਲਬ ਪੜਾਇਆ ਕਿੱਥੇ ਰਿਵਾਇਤ तो मैं इतना कहना टूट के पर मैं उस पंजाबी ड्रामे की रवायत जानता ही नहीं मैं ड्रामे लिखे आउट ऑफ इग्नोरेंस मेरी पूरी जी ना कल्चर या परविश उर्दू जबान या मगरब के ड्रामे या उस अवेयरनेस उस शऊर की पैदावार सी जिसके मार्क्सिज्म भी है फ्रायडनिज्म भी है ਨਫਸਿਆਤੀ ਤਜ਼ੀਏ ਵੀ ਹਨ ਸੋ ਪੰਜਾਬੀ ਦਾ ਡਰਾਮਾ ਉਸ ਵੇਲੇ ਬਹੁਤਾ ਸੁਧਾਰਵਾਦੀ ਸ਼ਰਾਬ ਨਾ ਪੀਓ ਦੂਜਾ ਵਿਆਹ ਨਾ ਕਰੋ ਬੇਵਾ ਹੋ ਜਾਵੇ ਉਹਦਾ ਵਿਆਹ ਕਰ ਦਿਓ ਤਾਲੀਮ ਚੰਗੀ ਹੁੰਦੀ ਹੈ ਥੀਮਸ ਕਿਸਮ ਦੇ ਗਤੀਸ਼ੀਲ ਕਹਿ ਰਹੇ ਥੀਮਸ ਹਨ ਜਿਵੇਂ ਆਈਸੀ ਨੰਦਰ ਦੇ ਡਰਾਮੇ ਦੇ ਥੀਮਸ ਕਹਿ ਰਹੇ ਕੁੜੀ ਨੂੰ ਵਿਆਹ ਕਰਨਾ ਚਾਹੀਦਾ ਜਿਸ ਨੂੰ ਨਾਲ ਪਿਆਰ ਹੋਵੇ ਇੱਕ ਨਾਲ ਸ਼ਰਾਬ ਨਾ ਪੀਓ ਕਰਜ਼ਾ ਨਾ ਲਓ ਮਤਲਬ ਆਈਡੀਓਲੋਜੀਕਲ ਥੀਮਸ ਕਿ ਕੈਸੀ ਜ਼ਿੰਦਗੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਕੈਸੀ ਹੈ ਐਕਚੁਅਲੀ ਪਰ ਸਾਡੇ ਡਰਾਮੇ ਕਿ ਜ਼ਿੰਦਗੀ ਕੈਸੀ ਹੈ ਤੇ ਜ਼ਿਆਦਾ ਨੇੜੇ ਕਿ ਸੱਚ ਹੈ ਮੇਰੇ ਡਰਾਮੇ ਵਿੱਚ ਮੈਨੂੰ ਦਿਲਚਸਪੀ ਇਹ ਸੀ ਕਿ ਔਰਤਾਂ ਜਾਂ ਮਰਦਾਂ ਦੇ ਅੰਦਰ ਜਿਹੜੇ ਸੁਲਹ ਦੇ ਜਜ਼ਬੇ ਜਿਹੜੀਆਂ ਦਬੀ ਹੋਈ ਤੜਪਾਂ ਜੋ ਉਹ ਟੱਕਰਾਂ ਹੈ ਜੋ ਚਿਲਗਾਂ ਨਾ ਉਹ ਫੁੱਟਣ ਤੇ ਮੈਨੂੰ ਬਹੁਤ ਦਿਲਚਸਪੀ ਹਮੇਸ਼ਾ ਰਹੀ ਹੈ ਕਿ ਅੰਦਰ ਦੇ ਦੁਨੀਆਂ ਨੂੰ ਪੇਸ਼ ਕਰਾਂ ਸਿਰਫ ਲੋਹਾਕੁੱਟ ਵਿੱਚ ਤੇ ਗੱਲ ਦੋ ਰੀਤੀ ਰੀ ਜਿਹੜੀ ਸਮਾਜ ਦਾ ਰਿਸ਼ਤਾ ਫੈਮਿਲੀ ਦਾ ਰਿਸ਼ਤਾ ਫੈਮਿਲੀ ਦੇ ਰਿਸ਼ਤੇ ਵਿੱਚ ਜਿਹੜੇ ਅੰਦਰ ਦੇ ਰਿਸ਼ਤੇ ਹੁੰਦੇ ਨਾ ਦਬੇ ਹੋਏ ਜਜ਼ਬੇ ਦੀ ਜਿਹੜੀ ਪਲਕ ਹੈ ਉਸ ਮੈਨੂੰ ਜ਼ਿਆਦਾ ਅਜ਼ੀਜ਼ ਹੈ ਜ਼ਿਆਦਾ ਚੰਗੀ ਲੱਗੀ ਤੁਹਾਡਾ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਤੁਹਾਡੀ ਗੁਫ਼ਤਗੂ ਤੋਂ ਮੈਨੂੰ ਪਤਾ ਚੱਲਿਆ ਕਿ ਪੰਜਾਬੀ ਟ੍ਰੈਡੀਸ਼ਨ ਤੋਂ ਹਟ ਕੇ ਰਿਵਾਇਤ ਤੋਂ ਹਟ ਕੇ ਤੁਸੀਂ ਇੱਕ ਨਵੀਂ ਚੀਜ਼ ਪੇਸ਼ ਕੀਤੀ ਇਹ ਜਿਹੜੀ ਨਵੀਂ ਚੀਜ਼ ਪੇਸ਼ ਕੀਤੀ ਜਿਹੜੀ ਤੁਸੀਂ ਗੱਲ ਵੀ ਕੀਤੀ ਕਿ ਤੁਸੀਂ ਵੈਸਟਰਨ ਟ੍ਰੈਡੀਸ਼ਨ ਤੋਂ ਮੁਤਾਸਰ ਹੋਏ ਤਾਂ ਤੁਸੀਂ ਕੁਛ ਇਸ ਗੱਲ ਤੇ ਰੋਸ਼ਨੀ ਪਾ ਸਕੋਗੇ ਕਿ ਤੁਸੀਂ ਵੈਸਟ ਦੇ ਵਿੱਚ ਫ੍ਰੈਂਚ ਡਰਾਮਾਟਿਸਟ ਹੈ ਜਾਂ ਤੁਹਾਡੇ ਤੇ ਰਸ਼ੀਅਨ ਦੇ ਵਿੱਚ ਵੀ ਮੇਰਾ ਖਿਆਲ ਹੈ ਤਰਜਮੇ ਵਗੈਰਾ ਹੋਏ ਔਰ ਉੱਥੇ ਮਾਸਕੋ ਦੇ ਵਿੱਚ ਤੁਹਾਡੇ ਡਰਾਮੇ ਖੇਲੇ ਜਾਂਦੇ ਰਹੇ ਉੱਥੇ ਟ੍ਰੈਡੀਸ਼ਨ ਤੋਂ ਤੁਸੀਂ ਕੁਛ ਮੁਤਾਸਰ ਹੋਏ ਉੱਥੋਂ ਤੁਸੀਂ ਕੁਛ ਲੈ ਕੇ ਪੰਜਾਬ ਡਰਾਮੇ ਨੂੰ
ਕਿ ਸ਼ੁਰੂ ਵਿੱਚ ਤਾਂ ਮੈਂ ਪਿੰਡ ਦਾ ਪਾਵਰ, ਪਿੰਡ ਦਾ ਜੰਪਲ, ਪਿੰਡ ਦੇ ਕਿਰਦਾਰ, ਲੋਹਾਕੁੱਟ ਵਿੱਚ ਕਿਰਦਾਰ ਸਾਰੇ ਪਿੰਡ ਦੇ, ਉਹਦਾ ਸੁਭਾਅ ਪੇਂਡੂ ਹੈ, ਬਿਲਕੁਲ ਠੇਠ ਗੂੜਾ ਪੰਜਾਬੀ, ਉਹਦੀ ਜ਼ਬਾਨ, ਉਹਨਾਂ ਦੇ ਹਰ ਚੀਜ਼ ਜਜ਼ਬੇ, ਪਰ ਜਿਹਦੀ ਮੈਂ ਫਾਰਮ ਲਿੱਤੀ ਲਿਖਣ ਲੱਗੇ, ਉਹ ਜਿਹੜਾ ਸ਼ਹੂਰ ਸੀ ਉਹ ਇੱਕ ਯੂਨੀਵਰਸਲ ਜਾਂ ਮਗਰਬ ਦਾ ਜਾਂ ਇਸ ਦਾ ਮਿਲਾ ਜੁਲਾ ਇੱਕ, ਜਿਵੇਂ ਸਾਰੇ ਜਿਹੜੇ ਰਾਈਟਰ ਸਾਡੇ ਉਸ ਵੇਲੇ ਸਨ ਉਹ ਮਗਰਬ ਤੋਂ ਬਹੁਤ ਮੁਤਾਸਰ ਸਨ, ਪਰ ਮਗਰਬ ਦਾ ਨਕਲ ਨਹੀਂ ਸਨ, ਇੱਕ ਤਾਂ ਨਕਲ ਕਰ ਲਓ, ਮਗਰਬ ਦਾ ਅਹਿਸਾਸ ਹੋਵੇ, ਮਹਾਤਮਾ ਗਾਂਧੀ ਨੂੰ ਮਗਰਬ ਦਾ ਬੜਾ ਪਤਾ ਸੀ, ਪੱਛਮ ਦਾ, ਅੰਗਰੇਜ਼ ਦੇ ਮਿਜ਼ਾਜ ਦਾ, ਪੰਡਿਤ ਨਹਿਰੂ ਨੂੰ, ਜਿਨ੍ਹਾਂ ਸਾਹਿਬ ਨੂੰ, ਮੰਟੋ ਨੂੰ, ਕ੍ਰਿਸ਼ਨ ਚੰਦਰ ਨੂੰ, ਟੈਗੋਰ ਨੂੰ, ਸਾਰਿਆਂ ਨੂੰ ਮਗਰਬ ਦਾ, ਪੱਛਮ ਦਾ, ਉੱਥੇ ਲਿਟਰੇਚਰ ਕਿਹੋ ਜਿਹਾ ਹੋ ਰਿਹਾ, ਕੀ ਬਣ ਰਿਹਾ, ਇਹਦਾ ਪਤਾ ਹੋਣਾ ਚਾਹੀਦਾ। ਜੀ ਜੀ, ਤੇ ਮਿਜ਼ਾਜ ਆਪਣਾ ਉਹਨੂੰ ਤੁਸੀਂ ਆਪਣੇ ਮਾਹੌਲ ਦੇ ਆਪਣੇ ਮਾਹੌਲ ਵਿੱਚ ਢਾਲ ਕੇ ਕ੍ਰੀਏਟ ਕਰਕੇ ਤਕਨੀਕੀ ਤੌਰ ਤੇ ਪਰ ਉਸਨੂੰ ਬਦਲ ਕੇ ਪੇਸ਼ ਕੀਤਾ। ਤੁਸੀਂ ਕੋਈ ਡਰਾਮਾ ਲਿਖਣ ਵਾਲੇ ਨੂੰ ਜੇ ਬਹੁਤ ਪਸੰਦ ਕਰਦੇ ਹੋ ਵੈਸਟ ਦੇਸ਼, ਤੇ ਉਹਦਾ ਕੀ ਨਾਮ ਹੈ, ਕੌਣ ਹੈ ਸ਼ਖਸ, ਕਿਸੇ ਕੋਲੋਂ ਮੁਤਾਸਰ ਹੋ? ਮੈਂ ਮੁਖਤਲਿਫ ਦੌਰ ਦੇ ਵਿੱਚ ਮੁਖਤਲਿਫ ਰਾਈਟਰਾਂ ਤੋਂ ਮੁਤਾਸਰ ਹੋਇਆ, ਸ਼ੇਕਸਪੀਅਰ ਤੋਂ ਲੈ ਕੇ ਚੈਖੋ, ਬਹੁਤ ਮੁਤਾਸਰ ਸੀ ਚੈਖੋ ਤੋਂ, ਫਿਰ ਬਰਟਲ ਬ੍ਰੈਖਟ ਜਰਮਨ ਦੇ ਬੜੇ ਰਾਈਟਰ, ਮੈਂ 1954 ਵਿੱਚ ਗਿਆ ਜਰਮਨੀ ਚ, ਉਸ ਵੇਲੇ ਜ਼ਿੰਦਾ ਸਨ ਉਹ, ਮੈਂ ਉਹਨਾਂ ਦੇ ਥੀਏਟਰ ਚ ਰਿਹਾ, ਰਿਹਰਸਲਾਂ ਅਟੈਂਡ ਕੀਤੀਆਂ। ਹੁਣ ਤਾਂ ਬਰਟਲ ਬ੍ਰੈਖਟ ਇਸ ਵੇਲੇ ਤਾਂ ਦੁਨੀਆਂ ਦੇ ਗੁਰੂ ਹੈ ਥੀਏਟਰ ਦਾ। ਸੋ ਉਹ ਸਾਰੇ ਈਸਟਰਨ ਫਾਰਮਸ ਨੂੰ ਲੈ ਰਹੇ ਸਨ ਉਹਨਾਂ ਦੇ ਥੀਏਟਰ ਵਿੱਚ, ਸੂਤਰਧਾਰ, ਸਟੇਜ ਮੈਨੇਜਰ, ਗਾਣੇ, ਨ੍ਰਿਤ, ਸਟਾਈਲਾਈਜੇਸ਼ਨ, ਇਹ ਸਭ ਕੁਛ ਸੀਗੇ। ਬਿਲਕੁਲ, ਏਸ਼ੀਆ ਦੇ ਵਿੱਚ, ਚੀਨ ਦਾ, ਜਪਾਨ ਦਾ, ਇੰਡੀਆ ਦੇ ਡਰਾਮੇ, ਇਸ ਤਰ੍ਹਾਂ ਉਹਨਾਂ ਦਾ ਅਸਰ ਮੇਰੇ 'ਤੇ ਇਹ ਹੋਇਆ ਕਿ ਮੈਂ ਵਾਪਸ ਆ ਕੇ ਆਪਣੇ ਇੰਡੀਆ ਦੇ ਡਰਾਮੇ ਦੇਖਣੇ ਸ਼ੁਰੂ ਕਰ ਦਿੱਤੇ, ਲੋਕ ਨਾਟਕ ਦੇਖਣੇ ਵਾਸਤੇ। ਰਾਜੀ ਸਾਹਿਬ, ਇੱਕ ਮੇਰਾ ਇੱਕ ਮਤਲਬ ਮੁੜ ਆਪਣੇ ਨਿੱਜੀ ਜੀਵਨ ਵੱਲ ਲੈਣਾ ਚਾਹੁੰਦਾ, ਕਿਉਂਕਿ ਇਹ ਜ਼ਰੂਰੀ ਹੈ। ਜਿਹੜੇ ਤੁਸੀਂ ਹਿੰਦੁਸਤਾਨ 'ਚ ਤਕਰੀਬਨ ਐਜ਼ ਏ ਰਾਈਟਰ ਚੰਗੇ ਪ੍ਰਫੁੱਲਤ ਸੀ, ਤੁਸੀਂ ਤੁਹਾਡੀ ਸਕਸੈਸ, ਉਹਦੇ ਬਾਵਜੂਦ ਤੁਹਾਡੇ ਮਨ 'ਚ ਆਇਆ ਅਮੈਰੀਕਾ 'ਚ ਪੜ੍ਹਾਉਣ ਆ ਗਏ, ਇਹ ਕਿਸ ਤਰ੍ਹਾਂ ਹੋਇਆ, ਅਤੇ ਫਿਰ 3-4 ਸਾਲ ਪੜ੍ਹਾ ਕੇ ਮਨ ਕਿਸ ਤਰ੍ਹਾਂ ਉੱਠ ਗਿਆ? ਅਮਰੀਕਾ 'ਚ ਹੁਣ ਵੀ ਮੈਂ ਕੈਨੇਡਾ 'ਚ ਬੈਠਾ, ਇਹ ਬੜਾ ਜ਼ਰੂਰੀ ਹੈ। ਲੋਕ ਸਮਝਦੇ ਨੇ ਕਿ ਤੁਸੀਂ ਅਮਰੀਕਾ ਪੜ੍ਹਾਉਣ ਚਲੇ ਗਏ, ਬਸ ਖਤਮ, ਇਸ ਕਿਸਤੇ ਹਲ ਫਹਿਮੀ ਆ। ਤੁਸੀਂ ਜੇ ਤੁਹਾਡਾ ਬੇਸ ਦਿੱਲੀ ਹੈ, ਮੇਰਾ ਤਾਂ ਬੇਸ ਦਿੱਲੀ ਹੈ, ਦਿੱਲੀ ਪੰਜਾਬ ਹੀ ਹੈ ਤਕਰੀਬਨ, ਸਹੀ ਗੱਲ ਹੈ। ਸੋ ਮੇਰੀ, ਕਿਉਂਕਿ ਸਾਰੀ ਤਕਨੀਕੀ ਖੋਜ, ਸਾਰੇ ਦੋਸਤ, ਸਾਰਾ ਮਾਹੌਲ, ਸਾਰੀ ਰਹਿਣ ਦੇ ਸਾਂਝਾਂ ਸਾਰੀਆਂ ਦਿੱਲੀ ਹੈ ਜੀ, ਅਤੇ ਦਿੱਲੀ ਛੱਡ ਕੇ ਇਸ ਵਿਰਸੇ ਨੂੰ, ਇਸ ਸਲਤਨਤ ਨੂੰ, ਇਸ ਪਾਤਸ਼ਾਹਤ ਨੂੰ ਛੱਡ ਕੇ ਮੈਂ ਕੈਨੇਡਾ ਦੀ ਪਾਤਸ਼ਾਹਤ ਨਹੀਂ ਲੈਣਾ ਚਾਹੁੰਦਾ। ਮੈਂ ਸਮਝਦਾ ਸੀ ਸਾਰੇ ਜਿੱਥੇ ਵੀ ਬੰਦਾ ਰਹਿੰਦਾ ਹੈ ਉਹ ਕ੍ਰੀਏਟ ਕਰਦਾ ਪਈ ਬਾਦਸ਼ਾਹਤ ਜੀ ਜੀ। ਸੋ ਮੈਂ ਇਹ ਨਹੀਂ ਕਿ ਮਜਬੂਰੀ ਸੀ ਮੈਨੂੰ ਕੋਈ ਆਉਣ ਦੀ, ਮੈਂ ਸਿਆਟਲ ਗਿਆ, 3 ਸਾਲ ਪੜ੍ਹਾਇਆ, ਕ੍ਰੀਏਟ ਕੀਤੇ, ਡਰਾਮੇ ਸਿਖਾਏ, ਲਿਖਿਆ, ਉਸ ਪਿੱਛੋਂ ਮੈਂ ਵਾਪਸ ਦਿੱਲੀ ਜੀ ਜੀ। ਹੁਣ ਵੀ ਮੈਂ ਇੱਥੇ ਇਸ ਵੇਲੇ ਵਾਸਰ ਕਾਲਜ ਨਿਊਯਾਰਕ ਸਟੇਟ ਪੜ੍ਹਾ ਰਹੇ ਹਾਂ, ਕ੍ਰੀਏਟ ਕਰ ਰਹੇ ਹਾਂ। ਮੈਨੂੰ ਪਤਾ ਲੱਗਾ ਤੁਸੀਂ ਉੱਥੇ ਪਲੇ ਕਰ ਰਹੇ ਹੋ ਜੀ ਹਾਂ, ਕਿਸ ਉਸ ਵਿੱਚ ਥੋੜ੍ਹਾ ਚਾਨਣਾ ਪਾ ਸਕਦੇ? ਸੱਤਵੀਂ ਸਦੀ ਦਾ ਡਰਾਮਾ, ਬੜਾ ਖੂਬਸੂਰਤ ਪਲੇ ਹੈ, ਜਿਹਦੇ ਵਿੱਚ ਕਿ ਇੱਕ ਵੈਸ਼ਿਆ ਤਵਾਇਫ ਸੀ, ਤਦੀ ਕਹਿਣਾ ਚਾਹੀਦਾ, ਪਰ ਤਵਾਇਫ ਸੀ, ਉਹ ਕਿਸ ਤਰ੍ਹਾਂ ਯੋਗੀ ਦਾ ਰੂਪ ਧਾਰ ਲੈਂਦੀ ਹੈ, ਅਤੇ ਯੋਗੀ ਤਵਾਇਫ ਦਾ ਰੂਪ ਕਿਸ ਤਰ੍ਹਾਂ ਇਨਸਾਨ ਆਪਣੇ ਜਜ਼ਬੇ ਅਤੇ ਫਿਰਕੇ ਦੇ ਹਿਸਾਬ ਨੂੰ ਬਦਲ ਜਾਂਦਾ ਹੈ। ਇਹ ਡਰਾਮਾ ਉੱਥੇ ਕਰ ਰਹੇ ਹਾਂ, 12 ਅਪ੍ਰੈਲ ਨੂੰ ਇਹ ਹੋਏਗਾ। ਤੁਸੀਂ ਕਿਹਾ ਕਿ ਕਾਫੀ ਪੁਰਾਣਾ ਹੈ ਡਰਾਮਾ, 7ਵੀਂ ਸਦੀ, 7th ਸੈਂਚਰੀ। ਕਾਰਗੀ ਸਾਹਿਬ, ਤੁਸੀਂ ਸ਼ਾਰਟ ਸਟੋਰੀਜ਼ ਵੀ ਲਿਖਦੇ ਰਹੇ ਹੋ, ਤੇ ਸ਼ਾਰਟ ਸਟੋਰੀ, ਮੈਂ ਪੰਜਾਬੀ ਅਦਬ ਦੀ ਟ੍ਰੈਡੀਸ਼ਨ ਤੋਂ ਇੰਨਾ ਵਾਕਿਫ ਨਹੀਂ ਹੈ, ਤੁਹਾਡੇ ਤੋਂ ਪਹਿਲਾਂ ਵੀ ਸ਼ਾਰਟ ਸਟੋਰੀਜ਼ ਲਿਖੀਆਂ ਜਾਂਦੀਆਂ ਹੋਣਗੀਆਂ, ਤੇ ਤੁਸੀਂ ਉਹਦੇ ਵਿੱਚ ਕੋਈ ਨਵੀਂ ਜਿੱਦਤ ਪੈਦਾ ਕੀਤੀ ਹੋਵੇ ਉਹਦੇ ਬਾਰੇ ਦੱਸੋ ਕੁਝ। ਮੈਂ ਨਹੀਂ ਸਮਝਦਾ ਕਿ ਨਵੀਂ ਕੋਈ ਖਾਸ ਚੀਜ਼ ਪੈਦਾ ਕੀਤੀ ਹੈ ਕਹਾਣੀ ਦੇ ਮੈਦਾਨ ਵਿੱਚ, ਕਿਉਂਕਿ ਮੇਰੇ ਜਿਹੜੇ ਸਨ ਅੱਗੇ ਮਕਾਮ ਸਮਝਣ ਵਾਲੇ, ਮੈਂ ਸਮਝਦਾ ਸੀ ਕਿ ਉਰਦੂ ਦੇ ਵਿੱਚ ਬਹੁਤ ਤਰੱਕੀ ਸੀ, ਕਹਾਣੀ ਦੀ ਬੜੀ ਤਰੱਕੀ, ਲੇਕਿਨ ਪੰਜਾਬੀ ਅਦਬ ਦੇ ਪੰਜਾਬੀ ਵਿੱਚ ਵੀ ਬਹੁਤ ਕੁਛ ਕਹਾਣੀ ਲਿਖੀਆਂ ਜਾ ਰਹੀਆਂ, ਲਿਖੀਆਂ ਗਈਆਂ ਸਨ ਪਹਿਲਾਂ ਵੀ, ਹੁਣ ਵੀ, ਪਿੱਛੋਂ ਵੀ, ਅਤੇ
ਉਹ ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਖਾਸ ਇਹਦੇ ਵਿੱਚ ਚੀਜ਼ ਨਵੀਂ ਪੈਦਾ ਕੀਤੀ ਜੀ ਕਿ ਮੈਂ ਕਹਾਂ ਜੀ ਮੈਂ ਮੰਟੂ ਕ੍ਰਿਸ਼ਨ ਚੰਦਰ ਬੇਦੀ ਇਸ ਵਕਤ ਕਿਤਨੀ ਅੱਗੇ ਕਹਾਣੀ ਲਿਖੀਆਂ ਜਾ ਚੁੱਕੀਆਂ ਉਸ ਸਟਾਈਲ ਦੀਆਂ ਉਸਨੂੰ ਪਾਵਰ ਦੀਆਂ ਐਕਸਪ੍ਰੈਸ਼ਨ ਲੇਕਿਨ ਮੇਰੀ ਨਵੀਂ ਜਿਹੜੀ ਨਾਵਲ ਹੈ ਦ ਨੇਕਡ ਟ੍ਰਾਇੰਗਲ ਜਿਹਦਾ ਤਰਜਮਾ ਜਾਂ ਉਹਦਾ ਦੋਨਾਂ 'ਚ ਮੈਂ ਲਿਖੀ ਹੈ ਤਾਂ ਤਰਜਮੇ ਦੀ ਗੱਲ ਹੀ ਨਹੀਂ ਹੋਈ ਪੰਜਾਬੀ 'ਚ ਮੰਗੀ ਤੁਮ ਇਸ ਬਾਰੇ ਅਸੀਂ ਮੈਂ ਕਿਹਾ ਅਗਲੀ ਇੰਟਰਵਿਊ 'ਚ ਤੁਹਾਡਾ ਬਾਅਦ ਤੋਂ ਬਾਅਦ ਕਰਾਂਗੇ ਵੈਸੇ ਇੱਕ ਵਕਤ ਕਾਫੀ ਹੁੰਦਾ ਜਾਂਦਾ ਅਤੇ ਪਰ ਮੈਂ ਉਸ ਤੋਂ ਜਾਣ ਤੋਂ ਪਹਿਲਾਂ ਇਹ ਜ਼ਰੂਰ ਜਾਣਾ ਚਾਹਾਂਗੇ ਚੰਡੀਗੜ੍ਹ ਜਿਹੜੇ ਬੀਤੇ ਤੁਹਾਡੇ ਕੁਝ ਵਰੇ ਸੀ ਉਹਨਾਂ ਦੇ ਬਾਰੇ ਤੁਸੀਂ ਜੇ ਕੁਝ ਚਾਨਣਾ ਪਾ ਸਕਦੇ ਹੋ ਤਾਂ ਚੰਡੀਗੜ੍ਹ ਮੈਂ ਮੁੜ ਤੁਹਾਨੂੰ ਆਪਣੇ ਨਿੱਜੀ ਲਾਈਫ ਵੱਲ ਲਿਆ ਰਿਹਾ ਕੋਈ ਮੈਂ ਚੰਡੀਗੜ੍ਹ ਤੋਂ ਵਾਪਸ ਗਿਆ ਦਿੱਲੀ ਅਤੇ ਦਿੱਲੀ ਫਿਰ ਵੀ ਪ੍ਰੋਬਲਮ ਖਿੱਚਦਾ ਵਾ ਮੈਂ ਚੰਡੀਗੜ੍ਹ ਵਾਈਸ ਚਾਂਸਲਰ ਬੁਲਾਇਆ ਅਤੇ ਮੈਂ ਉੱਥੇ ਥੀਏਟਰ ਡਿਪਾਰਟਮੈਂਟ ਕਾਇਮ ਕਰਨ ਵਾਸਤੇ ਗਿਆ 7 ਸਾਲ ਉੱਥੇ ਪੜ੍ਹਾਇਆ ਡਰਾਮੇ ਖੇਲੇ ਔਰ ਇਹ 7 ਸਾਲ ਬੜੇ 70 ਸਾਲਾਂ ਵਰਗੇ ਸਨ ਇੰਨੇ ਇੰਟੈਂਸ ਪ੍ਰੋਡਕਟਿਵ ਵੀ ਕੰਮ ਬੜਾ ਕੀਤਾ ਔਰ ਅਸੀਅਤ ਵੀ ਲੋਨਲੀਨੈਸ ਵੀ ਮੁਹੱਬਤ ਵੀ ਔਰ ਖੂਬਸੂਰਤੀ ਵੀ ਤੁਹਾਡੇ ਸਾਡੇ ਵਿਰਸੇ ਬਾਰੇ ਤੇ ਤੁਹਾਡੇ ਨਿੱਜੀ ਖਾਸ ਕਰਕੇ ਨਵੀਂ ਧੁੱਪ ਬਾਰੇ ਅਸੀਂ